नमस्कार जी सत साहिब जी क्या नाम है बहन जी आपका बलदीश कौर कहां के रहने वाले हैं आप हम जालंधर पंजाब से रहने वाले हैं संत रामपाल जी महाराज से नाम दीक्षा आपने कब ली 2017 सानदे विच मैं नाम उपदेश लिया महाराज जी दा संत रामपाल जी महाराज की शरण में आने से पहले आप क्या भक्ति साधनाएं करते थे मैं पहला माता देव व्रत रखदी सी अपने श्री पार्वती दे व्रत रखदी सी उस तो बाद फिर मेरा शादी हो गई ਇਸ ਤੋਂ ਬਾਅਦ ਅਸੀਂ ਪੀਰਾਂ ਨੂੰ ਮੰਨਣ ਲੱਗ ਗਏ ਪੀਰਾਂ ਨੂੰ ਅਸੀਂ ਬਹੁਤ ਮੰਨਿਆ ਅਸੀਂ ਹਰ ਸਾਲ ਲੰਗਰ ਲਾਉਂਦੇ ਸੀ ਘਰ ਵਿੱਚ ਤੇ ਮਤ ਲੱਖਾਂ ਦੇ ਹਿਸਾਬ ਨਾਲ ਦੁਨੀਆ ਸਾਡੇ ਘਰ ਆਉਂਦੀ ਸੀ ਚੌਂਕੀਆਂ ਲੱਗਦੀਆਂ ਸੀਗੀਆਂ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਲੰਗਰ ਲਾਉਂਦੇ ਰਹੇ ਜਿਸ ਤਰ੍ਹਾਂ ਮੈਂ ਬਰਤ ਰੱਖਦੀ ਰਹੀ ਕਿ ਘਰ ਦੀ ਇੰਨੀ ਕੰਡੀਸ਼ਨ ਖਰਾਬ ਹੋ ਚੁੱਕੀ ਸੀ ਮੇਰੀ ਔਰ ਮੇਰੇ ਪਰਿਵਾਰ ਸਾਰੇ ਦੀ ਵੀ ਬਹੁਤ ਜ਼ਿਆਦਾ ਹੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੋ ਮੇਰੇ ਘਰ ਵਿੱਚ ਬੀਤੇ ਆ ਉਹ ਜ਼ਿਆਦਾ बहन जी जैसा कि आपने बताया कि आप देवी देवताओं की भक्ति करते थे तो उन सब पूजाओं से आपको क्या-क्या लाभ हुए लाभ में मुझे कुछ नहीं होया उनों तो लाभ मैं इना उनों नु ਮੰਨया बहुत ज्यादा ਮੰਨया पर लेकिन जिस तरह मैं व्रत रखती सी दोस्तों ज्यादा ही मेरे घर विच विघ्न पेंदा सी उस तो बाद फिर मेनू हानियां बहुत होइयां यानी कि मेरे ने ना कपड़े खुल जांदे सी अपने आप सराणी रख दंदे सी या चीजें उस तो बाद मैं देखना भी मेरे कपड़े किथे गए आ ਪੀਮਸਾਣੀ ਚੱਕ ਕੇ ਮੈਂ ਕਪੜੇ ਪੋਣੇ ਜਾਨੀ ਮੈਂ ਆਪਣੀ ਦਿਲ ਦੀ ਬਾਤ ਕਿਸੇ ਨੂੰ ਨਹੀਂ ਦੱਸਦੀ ਮੈਂ ਕੀ ਕੀ ਦੱਸਾਂ ਆਪਣੇ ਰਿਸ਼ਤੇਦਾਰਾਂ ਨੂੰ ਜੋ ਕਿ ਮੇਰੇ ਆਪਣੇ ਹਸਬੰਡ ਨੂੰ ਮੇਰੇ ਸਾਸੋਰੀ ਨੂੰ ਸਾਰਾ ਕੁਝ ਪਤਾ ਸੀ ਵੀ ਇਹਨਾਂ ਨਾਲ ਕੁਝ ਬੀਤਦਾ ਹੈ ਉਸ ਤੋਂ ਬਾਅਦ ਫੇ ਮੈਂ ਆਪਣਾ ਸੋਹਰਿਆਂ ਦੇ ਘਰ ਛੱਡ ਕੇ ਮੈਂ ਜਲੰਧਰ ਜਗ੍ਹਾ ਲਈ ਵੀ ਮੈਂ ਠੀਕ ਹੋ ਜਾਊਂਗੀ ਉੱਥੇ ਵੀ ਇਹੀ ਮੇਰਾ ਹਾਲ ਹੋਇਆ ਉਸ ਤੋਂ ਬਾਅਦ ਮੈਂ ਮਤਲਬ ਮੇਰੀ ਇੱਕ ਦੋ ਵਾਰੀ ਮੇਰੀ ਲੱਤ ਟੁੱਟੀ ਕਿ ਗਿੱਟਾ ਟੁੱਟਿਆ ਦੋ ਵਾਰੀ ਮੇਰਾ ਸਿਰ ਫਟਿਆ ਵੀ ਮੇਰੀ ਰੀੜ ਦੀ ਹੱਡੀ ਦਾ ਸੱਟ ਲੱਗ ਗਈ ਜੋ ਕਿ ਮੇਰੇ ਇੰਨੀ ਜੋੜ ਦੀ ਸੱਟ ਲੱਗ ਗਈ ਮੇਰੇ ਬਲੀਡਿੰਗ ਆਉਣ ਲੱਗ ਪਈ ਫੇ ਮੈਂ ਇਲਾਜ 15 ਸਾਲ ਕਰਵਾਇਆ ਫੇ ਮੈਨੂੰ ਹੌਲੀ-ਹੌਲੀ ਮੇਰੀਆਂ ਲੱਤਾਂਵਾਂ ਰਹਿ ਗਈਆਂ ਬਲੌਕਿੰਗ ਹੋ ਚੁੱਕੀ ਸੀ ਮੇਰੇ ਸਰੀਰ ਦੇ ਅੰਦਰ ਸਾਰੇ ਜਿਸ ਦਾ ਹਸਤਲ ਵੀ ਜਾਂਦੀ ਸੀ ਉਹੀ ਕਹਿੰਦੇ ਸੀਗੇ ਵੀ ਮਾਤਾ ਜੀ ਤੁਸੀਂ ਆਰਾਮ ਕਰੋ ਹੁਣ ਤੁਹਾਡੀ ਤੁਸੀਂ ਆਪਣੀ ਸੇਵਾ ਕਰਾਓ ਆਪਣੇ ਬੱਚਿਆਂ ਤੋਂ ਤੇ ਮੈਂ ਰੋਂਦੀ ਹੁੰਦੀ ਸੀ ਮੇਰੀ 50 ਸਾਲ ਦੀ ਉਮਰ ਕੀ ਹੈ ਜੇ ਆ ਕਿ ਮੈਂ ਤਾਂ ਜੀਣਾ ਚਾਹੁੰਦੀ ਆ ਮੈਂ ਪਰਮਾਤਮਾ ਨੂੰ ਟੋਲਦੀ ਆ ਮੈਨੂੰ ਪਰਮਾਤਮਾ ਨੇ ਮਿਲ ਰਹੇ ਹੈਗੇ ਉਸ ਤੋਂ ਬਾਅਦ ਜਾਨੀ ਫਿਰ ਮੇਰੇ ਬਲੋਕਿੰਗ ਨਾਲ ਰੀਡ ਦੀ ਹੱਡੀ ਵਿੱਚ ਐਡੀ ਵੱਡੀ ਰਸੌਲੀ ਬਣ ਗਈ ਜੋ ਕਿ ਰਸੌਲੀ ਬਣ ਦੇ ਨਾਲ ਮੇਰੇ ਆ ਪੇਟ ਦੇ ਅੱਗੇ ਬੱਚੇਦਾਨੀ ਦੇ ਵਿੱਚ ਆ ਗਈ ਸੀਗੀ ਰਸੌਲੀ ਤੇ ਗਿੱਟਿਆਂ ਦੇ ਵਿੱਚ ਵੀ ਰਸੌਲੀਆਂ ਗੋਡਿਆਂ ਦੇ ਪਿੱਛੇ ਵੀ ਰਸੌਲੀਆਂ ਵੱਜ ਗਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਯਾਨੀ ਬਹੁਤ ਮੈਂ ਪਰੇਸ਼ਾਨ ਹੋ ਗਈ ਲੱਤਾਂ ਵਾਂਹ ਮੇਰੀਆਂ ਰਹਿ ਗਈਆਂ ਮੈਂ ਇੱਕ ਹਾਕੀ ਦੇ ਨਾਲ ਤੁਰਦੀ ਸੀਗੀ ਤੇ ਜਦੋਂ ਮੈਂ ਬਾਥਰੂਮ ਜਾਂਦੀ ਸੀ ਮੇਰੇ ਬੱਚੇ ਮੇਰੇ ਨਾਲ ਜਾਂਦੇ ਸੀ ਜਾਂ ਮੇਰੇ ਹਸਬੰਦ ਜਾਂਦੇ ਸੀ ਨਾਲ ਮੇਰੇ ਫਿਰ ਆਪ ਸੰਤ ਰਾਮਪਾਲ ਜੀ ਮਹਾਰਾਜ ਕੀ ਸਰਣ ਮੈਂ ਕਿਵੇਂ ਆਏ 13 ਦੇ ਵਿੱਚ ਮੇਰੀ ਵੱਡੇ ਲੜਕੇ ਦੀ ਸ਼ਾਦੀ ਹੋਈ ਸ਼ਾਦੀ ਹੋਣ ਤੋਂ ਬਾਅਦ ਮੇਰੇ ਕੁੜਮ ਸਾਹਿਬ ਆਪਣੇ ਅਮਰਜੀਤ ਜੀ ਜਿਹੜੇ ਲੁਧਿਆਣੇ ਵਿੱਚ ਰਹਿੰਦੇ ਆ ਉਹਨਾਂ ਦੇ ਮੇਰਾ ਲੜਕਾ ਉਹਨਾਂ ਦੇ ਘਰ ਮੰਗਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਨਾਮੁਦेश ਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਬਹੁਤ ਜ਼ੋਰ ਲਾਇਆ ਮੇ ਤੁਹਾਡਾ ਘਰ ਬਹੁਤ ਖਰਾਬ ਹੋ ਚੁੱਕਾ ਹੈ ਮੈਂ ਤੁਸੀਂ ਉਹਨਾਂ ਦਾ ਸਿਮਰਨ ਕਰੋ ਉਹਨਾਂ ਦਾ ਨਾਮਦਾਨ ਲਵੋ ਤੁਸੀਂ ਸਾਧ ਸੰਗ ਦੇਖੋ ਫੇ ਮੇਰੀ ਨੋ ਵੱਡੀ ਉਹਨਾਂ ਦੀ ਲੜਕੀ ਜਿਹੜੀ ਆ ਮੇਰੀ ਨੋ ਸੀ ਉਹ ਬਿਮਾਰ ਹੋ ਗਈ ਯਾਨੀਕਿ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਫੇਰ ਉਹਨਾਂ ਨੂੰ ਵੀ ਚੀਜ਼ਾਂ ਮੂੰਹ ਤੇ ਚਪੇੜਾ ਉਹਦੇ ਮਾਰਦੀਆਂ ਸੀ ਉਹਨੂੰ ਚੱਕ ਚੱਕ ਕੇ ਮਾਰਦੀਆਂ ਸੀ ਮੇਰੇ ਦੋਹਾਂ ਬੱਚਿਆਂ ਨੂੰ ਮੁੰਡਿਆਂ ਨੂੰ ਮਾਰਦੀਆਂ ਸੀ ਚੀਰਾਂ ਚਪੇੜਾ ਉਸ ਤੋਂ ਬਾਅਦ ਫੇਰ ਫੇਰ ਜ਼ਿਆਦਾ ਹੋ ਗਈ ਅਸੀਂ ਹਸਪਤਾਲ ਦਾਖਲ ਕਰਵਾਤੀ ਆਪਣੀ ਨੋ ਜਾ ਕੇ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਜਵਾਬ ਦਿੱਤਾ ਜਾਨੀ 30 30 ਹਜ਼ਾਰ ਦੇ ਟੈਸਟ ਹੋਏ ਉਹਨਾਂ ਦੇ ਜਾਨੀ ਉਹਨਾਂ ਨੂੰ ਕੋਈ ਵੀ ਆਰਾਮ ਨਹੀਂ ਆਇਆ ਕੋਈ ਵੀ ਆਰਾਮ ਨਹੀਂ ਆਇਆ ਫੇਰ ਸਾਡੇ ਪਰ ਅਮਰਜੀਤ ਭਾਜੀ ਸਾਡੇ ਘਰ ਆਏ ਉਹ ਰੋਣ ਲੱਪੇ ਉਹ ਕਹਿੰਦੇ ਤੁਸੀਂ ਬੱਚੀ ਤੁਸੀਂ ਚਲੇ ਜਾਓ ਇੱਕ ਮਿੰਟ ਨਾਲ ਲਾਓ ਫੇਰ ਅਸੀਂ ਉਸ ਦਿਨ ਰਾਤ ਨੂੰ ਅਸੀਂ ਉਹਨਾਂ ਦੇ ਘਰ ਰਾਤ ਰਹਿ ਸਾਨੂੰ ਕਹਿੰਦੇ ਹੁਣੀ ਆਪ ਦੇਸ਼ ਲੋ ਅਸੀਂ ਆ ਪਹਿਲਾਂ ਅਸੀਂ ਬੱਚਿਆਂ ਨੂੰ ਦਵਾਣਾ ਆ ਬਈ ਵੱਡੀ ਨੂੰ ਬਹੁਤ ਜ਼ਿਆਦਾ ਹੀ ਬਿਮਾਰ ਆ ਫੇਰ ਉਸ ਤੋਂ ਬਾਅਦ ਅਸੀਂ ਜਦੋਂ ਆਪਣੀ ਬੇਟੀ ਨੂੰ ਲੈ ਕੇ ਗਏ ਹਸਪਤਾਲ ਦੇ ਵਿੱਚ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਵੀ ਇਹ ਮਤਲਬ ਠੀਕ ਨਹੀਂ ਹੋ ਸਕਦੀ ਜਦੋਂ ਫੇ ਸਾਨੂੰ ਆਪਣੇ ਅਮਰਜੀਤ ਭਾਜੀ ਹੋਣਾ ਨੇ ਸਾਡੇ ਕੁੜਮ ਸਾਹਿਬ ਨੇ ਦੱਸਿਆ ਵੀ ਚਲੋ ਆਪਣੇ ਲੁਧਿਆਣੇ ਤੁਹਾਨੂੰ ਲੈ ਕੇ ਜਾਂਦਾ ਅਸੀਂ ਅਸੀਂ ਸਤਸੰਗ ਵਿੱਚ ਨਾਮ ਵਿਦੇਸ਼ਿਤੋਂ ਮਿਲਦਾ ਅਸੀਂ ਉੱਥੇ ਆਏ ਸਤਗੁਰ ਰਾਮਪਾਲ ਮਹਾਰਾਜੀ ਮਹਾਰਾਜੀ ਦੇ ਚਰਨਾਂ ਵਿੱਚ ਗਏ ਉਹਨਾਂ ਦਾ ਨਾਮ ਉਪਦੇਸ਼ ਲਿਆ ਬਹਿਨ ਜੀ ਸੰਤ ਰਾਮਪਾਲ ਜੀ ਮਹਾਰਾਜ ਕੀ ਸ਼ਰਣ ਵਿੱਚ ਆਣੇ ਕੇ ਬਾਅਦ ਆਪਕੋ ਕਿਆ ਕਿਆ ਲਾਭ ਪ੍ਰਾਪਤ ਹੋਏ ਦੇਖੋ ਜੀ ਜੋ ਮੇਰੇ ਰਸੋਲੀਆਂ ਸੀਗੀਆਂ ਯੋਗੀ ਮੈਮ ਮਤਲਬ ਪੇਟ ਵਿੱਚ ਪਿੱਛੋਂ ਆਣ ਕੇ ਰਸੌਲੀ ਮੇਰੇ ਪੇਟ ਵਿੱਚ ਬਣ ਗਈ ਫਿਰ ਮੈਂ ਮਤਲਬ ਮੇਰੇ ਛਾਤੀ ਦੇ ਵਿੱਚ ਸਾਰੇ ਗਿਲਟੇ ਵੱਜ ਗਏ ਸੀਗੇ ਤੇ ਗੋਡਿਆਂ ਦੇ ਪਿੱਛੇ ਰਸੌਲੀਆਂ ਵੱਜ ਗਈਆਂ ਸੀਆਂ ਉਹ ਵੀ ਮੇਰੀਆਂ ਹੌਲੀ ਹੌਲੀ ਮਾਰਨ ਨੇ ਮੈਨੂੰ ਠੀਕ ਕਰ ਦਿੱਤਾ ਔਰ ਮੇਰੀ ਨੌਣ ਜਿਹੜੀ ਸੀਗੀ ਮੇਰੀ ਧੀ ਉਹ ਅਸੀਂ 30000 ਰੁਪਇਆ ਉਹਨੂੰ 35000 ਰੁਪਇਆ 30000 ਰੁਪਇਆ ਅਸੀਂ ਹਸਪਤਾਲ ਦਿੱਤਾ ਸੀ ਸਕੈਨਿੰਗ ਕਰਾਉਣ ਵਾਸਤੇ ਜਦੋਂ ਉੱਥੋਂ ਨਾਮ ਉਪਦੇਸ਼ 15 ਦਿਨ ਤੋਂ ਬਾਅਦ ਅਸੀਂ ਲੈ ਕੇ ਆਏ ਤੇ ਅਸੀਂ ਕਿਹਾ ਸੀ ਉਹਨਾਂ ਨੂੰ ਪੈਸੇ ਦਿੱਤੇ ਆ ਅਸੀਂ ਸਕੈਨਿੰਗ ਕਰਵਾ ਲਈਏ ਜਦੋਂ ਅਸੀਂ ਉਹਨਾਂ ਦੀ ਸਕੈਨ ਕਰਾਈ ਆਪਣੀ ਬੇਟੀ ਦੀ ਤੇ ਉਹਦੇ ਕੋਈ ਵੀ ਮਤਲਬ ਕੋਈ ਵੀ ਨਿਸ਼ਾਨ ਅੰਦਰ ਨਹੀਂ ਆਇਆ ਕੋਈ ਰੋੜ ਵਿੱਚ ਕੋਈ ਦੁੱਖ ਨਹੀਂ ਆਇਆ ਇਸੇ ਤਰ੍ਹਾਂ ਮੇਰੇ ਜਿਹੜੇ ਸਾਰੇ ਸਰੀਰ ਦੇ ਹੋੜੀ ਹੋੜੀ ਅਰਸੋਲੀਆਂ ਸੀ ਪੇਟ ਵਿੱਚ ਸੀ ਅੱਗੇ ਪੇਟ ਦੇ ਮੋਰੇ ਅਰਸੋਲੀ ਕੱਢੀ ਵੱਡੀ ਆ ਚੁੱਕੀ ਸੀ ਪੈਰਾਂ ਦੇ ਵਿੱਚ ਗਿੱਟਿਆਂ ਚ ਗੋਡਿਆਂ ਦੇ ਪਿੱਛੇ ਬਣ ਗਈਆਂ ਸੁਰਾਛਾਤੀ ਦੇ ਵਿੱਚ ਬਣ ਗਈਆਂ ਸੀ ਅਰਸੋਲੀਆਂ ਉਹ ਸਾਰੀਆਂ ਹੀ ਠੀਕ ਹੋ ਗਈਆਂ ਜਿਹੜੇ ਪ੍ਰੇਤ ਲੱਗੇ ਸੀ ਉਹ ਤਾਂ ਇੱਕਦਮ ਹੀ ਸਫਾਈ ਮਹਾਰਾਜ ਨੇ ਸਫਾਇਆ ਕਰਦਾ ਕਰ ਦਿੱਤਾ ਹੁਣ ਅਸੀਂ ਆਪਣੇ ਘਰ ਦੇ ਵਿੱਚ ਬੜੀ ਖੁਸ਼ੀ ਨਾਲ ਜੀ ਰਹੇ ਹਾਂ ਹੋਰ ਲਾਭ ਸਾਡੇ ਘਰ ਵਿੱਚ ਕਲੇਸ਼ ਬੋਧ ਰਹਿੰਦਾ ਹੁੰਦਾ ਸੀਗਾ ਬਹੁਤ ਜ਼ਿਆਦਾ ਇੱਕ ਦੂਏ ਨੂੰ ਮਾੜੀ ਜਿਹੀ ਗੱਲ ਤੋਂ ਅਸੀਂ ਮਾਤ ਗੇ ਪੈਣਾ ਨਾ ਇੱਕ ਦੋ ਇਹਦਾ ਕਹਿਣਾ ਮੰਨਣਾ ਜਾਨੀ ਇੰਨਾ ਕਲੇਸ ਵਾਜਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਵੀ ਅਸੀਂ ਹੁਣ ਘਰ ਦੇ ਵਿੱਚ ਠੀਕ ਠਾਕ ਰਹਿੰਦੇ ਆ ਫੇ ਮੇਰਾ ਛੋਟਾ ਬੱਚਾ ਨਾਮ ਉਪਦੇਸ਼ ਨਹੀਂ ਸੀ ਲਿਆ ਇੰਡੀਅਨ ਆਲ ਦੇ ਵਿੱਚ ਉਹ ਸਰਵਿਸ ਕਰਦਾ ਆ ਤੇ ਉਹ ਮਤਲਬ ਇੱਕ ਦਿਨ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਉਹਦੇ ਡਿੱਗ ਪਿਆ ਡਿੱਗ ਪਿਆ ਤੇ ਉਹਨੂੰ ਮਤਲਬ ਮੂੰਹ ਚ ਚੱਗ ਉਹਦੇ ਜਾਣ ਲੱਪਈ ਉਹਨੂੰ ਅਟੈਕ ਹੋ ਗਿਆ ਤੇ ਮੈਂ ਬਹੁਤ ਰੋਂਦੀ ਸੀਗੀ ਉਹਨਾਂ ਦੀ ਮਿਸਿਸ ਵੀ ਨਾਲ ਬੈਠੀ ਸੀ ਉਹ ਵੀ ਰੋ ਰਏ ਸੀ ਤੇ ਮੈਂ ਜਾ ਕੇ ਦੇਖਿਆ ਵੀ ਬੱਚੇ ਨੇ ਟੀਵੀ ਲਾਇਆ ਟੀਵੀ 'ਚੋਂ ਆਵਾਜ਼ ਆ ਰਹੀ ਆ ਜਦੋਂ ਮੈਂ ਕਮਰੇ 'ਚ ਦਾ ਕੇ ਦੇਖਿਆ ਤੇ ਮੇਰੇ ਬੱਚੇ ਦੀਆਂ ਅੱਖਾਂ ਪੁੱਟੀਆਂ ਔਰ ਹੱਥ ਵਿੰਗੇ ਹੋਏ ਸੀ ਤੇ ਮਤਲਬ ਮੂੰਹ 'ਚੋ ਮਤਲਬ ਪਾਣੀ ਜਾ ਰਿਹਾ ਸੀਗਾ ਤੇ ਮੈਂ ਬਹੁਤ ਉੱਚੀ-ਉੱਚੀ ਰੋ ਰਹੀ ਸੀ ਬਹੁਤ ਜ਼ਿਆਦਾ ਸਤਗੁਰ ਜੀ ਸਤਗੁਰ ਜੀ ਹੇ ਮੇਰੇ ਗੁਰੂ ਬੰਦੀ ਛੋਰ ਜੀ ਮੇਰੇ ਮੇਰੇ ਬੱਚੇ ਨੂੰ ਬਚਾ ਲਓ ਮੈਨੂੰ ਮੇਰੇ ਬੱਚੇ ਨੂੰ ਬਚਾ ਲਓ ਜਦੋਂ ਮੈਨੂੰ ਆਵਾਜ਼ ਆਈ ਕਿ ਮਤਲਬ ਜਿੱਥੇ ਉਹਨਾਂ ਦਾ ਬਰ ਮੰਡਲ ਬਣਿਆ ਘਰ ਦੇ ਵਿੱਚ ਜੋਤ ਜਗਦੀ ਆ ਉੱਥੋਂ ਜਾ ਕੇ ਪ੍ਰਸ਼ਾਦ ਲੈ ਕੇ ਚੰਨ ਗੰਗਾ ਮਾਰਾ ਦਾ ਲਿਆ ਕੇ ਉਹਦੇ ਮੂੰਹ ਚ ਪਾਇਆ ਤੇ ਮੇਰਾ ਬੱਚਾ ਸ਼ਾਂਤ ਹੋ ਗਿਆ ਬਿਲਕੁਲ ਠੀਕ ਹੋ ਗਿਆ ਹੁਣ ਉਹ ਬਿਲਕੁਲ ਠੀਕ ਠਾਕ ਆ ਫੇਰ ਸੱਸੀ ਬੱਚੇ ਦੀ ਆਸ ਕਰਦੇ ਸੀ 6-7 ਸਾਲ ਤੋਂ ਮੇਰੀਆਂ ਦੋਹਾਂ ਨੋਹਾਂ ਦੇ ਬੱਚੇ ਨਹੀਂ ਸੀਗੇ ਉਹ ਵੀ ਮੇਰੇ ਗੁਰੂ ਜੀ ਨੇ ਮੈਨੂੰ ਪਾਰਨਗਾਤਾ ਮੈਨੂੰ ਖੁਸ਼ੀ ਲਿਆਤੀ ਆ ਘਰ ਦੇ ਵਿੱਚ ਮੈਂ ਇਹਨਾਂ ਦਾ ਕਿਤੇ ਵੀ ਆਪਣਾ ਜਿਹੜਾ ਦੇਣਾ ਨਹੀਂ ਦੇ ਸਕਦੀ ਮੇਰੇ ਮਹਾਰਾਜ ਜੀ ਇੱਕ ਪੁਰਮ ਸੰਤ ਹੈ ਜਿਹੜਾ ਦੁਖੀਆਂ ਦੁਨੀਆ ਦੇ ਸਾਰੇ ਦੁੱਖ ਤਾਰਦਾ ਲਾਉਂਦਾ ਆ ਤੇ ਜ਼ਿੰਦਗੀ ਦਿੰਦਾ ਆ ਜੋ ਸ਼ਰਧਾਲੂ ਆਪਕੋ ਦੇਖ ਰਹੇ ਹਨ ਉਹਨਕੋ ਆਪ ਕਿਆ ਸੰਦੇਸ਼ ਦੇਣਾ ਚਾਹਤੇ ਹਨ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੇ ਵੀ ਰਿਸ਼ਤੇਦਾਰ ਮੇਰੇ ਭੈਣ ਭਰਾ ਆ ਜੋ ਕੀ ਰਿਸ਼ਤੇਦਾਰ ਆ ਸਾਰੇ ਭੈਣ ਭਰਾ ਜਿੰਨੇ ਵਰਲਡ ਦੇ ਵਿੱਚ ਬੈਠੇ ਆ ਗੁਰੂ ਸਤਗੁਰ ਮਹਾਰਾਮਪਾਲ ਮਾਰੇ ਦਾ ਉਪਦੇਸ਼ ਲਵੋ ਤੇ ਆਪਣਾ ਕਲਿਆਣ ਕਰਾਵੋ ਤੇ ਜ਼ਿੰਦਗੀ ਚੰਗੀ ਬਤੀਤ ਕਰੋ बहन जी अगर कोई श्रद्धालु संत रामपाल जी महाराज से नाम उपदेश लेना चाहे तो वह संत रामपाल जी महाराज से कैसे नाम उपदेश ले सकता है कई चैनलਾਂ ਦੇ ਉੱਪਰ ਆਪਣੇ ਸਤਿਗੁਰੂ रामपाल ਮਹਾਰਾਜ ਜੀ ਦਾ 사ਸੰਗ ਆਉਂਦਾ ਹੈ ਉਹਨਾਂ ਦੇ ਥੱਲੇ ਇੱਕ ਪੀਲੀ ਪੱਟੀ ਆਉਂਦੀ ਆ ਜਿੱਥੇ ਉਹਨਾਂ ਦਾ ਨੰਬਰ ਔਰ 사ਸੰਗ ਜਿੱਥੇ ਆਪਣੇ ਨਾਮ ਉਪਦੇਸ਼ ਮਿਲਦਾ ਆ ਉਹਨਾਂ ਨੇ ਨੰਬਰ ਸਾਰੇ ਦਿੱਤੇ ਆ ਸਾਰੇ ਮਤਲਬ ਥੈਥਾ ਜਿਲ੍ਹਿਆਂ ਦੇ ਵਿੱਚ ਇਹ ਨਾਮ ਉਪਦੇਸ਼ ਮਿਲਦਾ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਆਪਣੇ ਜਿੰਨੇ ਵੀ ਸਾਰੀ ਦੁਨੀਆ ਦੁਖੀ ਆ ਸੁਖੀ ਕੋਈ ਨਹੀਂ ਆ ਇਸ ਸੰਸਾਰ ਦੇ ਵਿੱਚ ਸਾਰੇ ਦੁਖੀ ਆ ਆਪਣਾ ਨਾਮ ਉਪਦੇਸ਼ ਲਵੋ ਤੇ ਆਪਣਾ ਕਲਿਆਣ ਕਰਾਵੋ ਧੰਨਵਾਦ ਜੀ ਫੈਸਲ ਜੀ